ਦੇਖੋ ਜੀ, ਮੈਂ ਦੱਸਣਾ ਚਾਹੁੰਦਾ ਵਾਂ ਵੀ ਕਾਫੀ ਲੰਮੇ ਸਮੇਂ ਤੋਂ ਜਿਹੜੇ ਰੁਕੇ ਹੋਏ ਕੰਮ ਸੀ ਉਹਨਾਂ ਨੂੰ ਅੱਜ ਤਰਜੀਹ ਦਿੱਤੀ ਜਾ ਰਹੀ ਹੈ, ਔਰ ਮੈਨੂੰ ਮਾਣ ਹੈ ਇਸ ਗੱਲ ਦਾ ਕਿਉਂਕਿ ਸਾਡੇ, ਮੈਂ ਇਹ ਕਹਿ ਸਕਦਾ ਵੀ ਪਾਰਟੀ ਦੇ ਵਰਕਰ ਸਾਡੇ ਹਰ ਵਾਰਡਾਂ ਦੇ ਵਿੱਚ, ਹਰ ਗਲੀ ਮੁਹੱਲਿਆਂ ਦੇ ਵਿੱਚ ਜਿਹੜੀਆਂ ਵੀ ਲੋਕਾਂ ਨੂੰ ਦਿੱਕਤਾਂ ਆਉਂਦੀਆਂ ਨੇ ਉਹ ਸਾਡੇ ਧਿਆਨ 'ਚ ਲਿਆਉਂਦੇ ਨੇ, ਜਦੋਂ ਧਿਆਨ ਦੇ ਵਿੱਚ ਲਿਆਉਂਦੇ ਨੇ ਉਹਨਾਂ ਦੀ ਤਰਜੀਹ ਦੇ ਉਹਨਾਂ ਦਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸੋ ਮੈਨੂੰ ਖੁਸ਼ੀ ਹੈ ਇਸ ਗੱਲ ਦੀ, ਅੱਜ ਤੋੜੀ ਜਿਹੜੀ ਸੜਕ ਹੈ ਵਾਲੀ, ਜਿਹੜੀ ਪੁਰਾਣੀ ਮਾਲ ਮੰਡੀ ਦੀ ਇਹ ਸੜਕ ਜਿਹੜੀ ਹੈ ਸਾਰੀ ਬਣਨ ਜਾ ਰਹੀ ਹੈ, ਔਰ ਮੈਂ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਾ ਕਿਉਂਕਿ ਇਹਨਾਂ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਹੈ, ਉਹ ਇਸ ਕਰਕੇ ਕਿਉਂਕਿ ਅੱਜ ਤੋਂ ਪਹਿਲਾਂ ਕਦੀ ਸੁਣੀ ਨਹੀਂ ਗਈ, ਅਤੇ ਅੱਜ ਜੇ ਮੈਂ ਕਹਿ ਸਕਦਾ ਵੀ ਇਹ ਮੌਕਾ ਇਹਨਾਂ ਨੇ ਮੈਨੂੰ ਦਿੱਤਾ, ਇਹਨਾਂ ਨੇ ਬਣਾਇਆ, ਔਰ ਮੈਂ ਅੱਜ ਜਿਹੜਾ ਇਹ ਰੋਡ ਦਾ ਜਿਹੜਾ ਉਦਘਾਟਨ ਰੱਖਿਆ, ਅਤੇ ਨਾਲ ਹੀ ਇੱਕ ਇਹਨਾਂ ਦੀ ਡਿਮਾਂਡ ਸੀ ਸਾਨੂੰ ਸ਼ੌਚਾਲਿਆ ਚਾਹੀਦਾ, ਅੱਜ ਉਹ ਵੀ ਜਿਹੜਾ ਸ਼ੌਚਾਲਿਆ ਉਹ ਵੀ ਇਹਨਾਂ ਨੂੰ ਆਪਾਂ ਦੇ ਦਿੱਤਾ, ਤਾਂ ਜੋ ਕਿ ਸਾਡੇ ਕਿਸੇ ਵੀ ਆਗੂ ਨੂੰ ਕੋਈ ਦਿੱਕਤ ਨਾ ਰਹੇ, ਸਾਡੇ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ। ਠੀਕ ਹੈ ਜੀ, ਥੈਂਕ ਯੂ। ਮੈਂ ਤਾਂ ਇਹੋ ਕਹਿਣਾ ਚਾਹਾਂਗਾ, ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਆਪਣਾ ਬਹੁਤ ਸਾਰੇ ਕੰਮ ਚੱਲ ਰਹੇ ਨੇ ਵਿਕਾਸ ਦੇ। ਬਟਾਲੇ ਸਾਡੇ MLA ਸਾਹਿਬ ਸ਼ੈਰੀ ਕੱਸੀ ਜੀ ਦਿਨ ਦੁਣੀ ਅਤੇ ਰਾਤ ਚੌਣੀ ਮਿਹਨਤ ਕਰ ਰਹੇ ਨੇ, ਅਤੇ ਬਹੁਤ ਸਾਰੀਆਂ ਹਰ ਇੱਕ ਜਗ੍ਹਾ 'ਤੇ ਕਿਤੇ ਨਾ ਕਿਤੇ ਕੋਈ ਗਲੀਆਂ ਦੇ ਉਦਘਾਟਨ ਹੋ ਰਹੇ ਨੇ, ਚੌਂਕਾਂ ਦੇ ਉਦਘਾਟਨ ਹੋ ਰਹੇ ਨੇ, ਬਹੁਤ ਸਾਰਾ ਵਿਕਾਸ ਦਾ ਕੰਮ ਚੱਲ ਰਿਹਾ ਹੈ। ਇਹ ਜਿਹੜੀ ਆਪਣੀ ਮਾਲ ਮੰਡੀ ਵਾਲੀ ਜਿਹਨੂੰ ਹੀਰੋ ਵਾਲੀ ਗਲੀ ਕਿਹਾ ਜਾਂਦਾ ਹੈ, ਇਹ ਵੀ ਕਾਫੀ ਚਿਰ ਤੋਂ ਲੋਕਾਂ ਦੀ ਮੰਗ ਸੀ, ਲੇਕਿਨ ਮੇਰੇ ਖਿਆਲ ਇਹ 20-25 ਸਾਲ ਤੋਂ ਇਹ ਬਣੀ ਨਹੀਂ। ਹੁਣ ਇਹਨਾਂ ਨੇ ਹਫ਼ਤਾ ਕੁ ਪਹਿਲਾਂ ਆਪਣੇ MLA ਸਾਹਿਬ ਨੂੰ ਮੰਗ ਪੱਤਰ ਦਿੱਤਾ ਸੀ ਅਤੇ ਉਹਨਾਂ ਨੇ ਪ੍ਰਾਇਰਟੀ ਦੇ ਹਿਸਾਬ ਨਾਲ ਇਹਨੂੰ ਪਾਸ ਕਰਾਇਆ ਅਤੇ ਅੱਜ ਇਹਦਾ ਇਨੋਗਰੇਸ਼ਨ ਕੀਤੀ ਹੈ। ਸਾਨੂੰ ਸਾਰਿਆਂ ਨੂੰ ਬਹੁਤ ਖੁਸ਼ੀ ਹੈ ਅਤੇ ਅਸੀਂ ਇਹ ਸੋਚਦੇ ਹਾਂ ਕਿ ਆਉਣ ਵਾਲਾ ਸਮਾਂ ਸਾਨੂੰ ਆਪਣੇ ਸ਼ਹਿਰ 'ਤੇ ਮਾਣ ਹੋਏਗਾ ਕਿ ਅਸੀਂ ਬਟਾਲੇ ਦੇ ਵਾਸੀ ਹਾਂ। ਮੈਂ ਮਨੀਸ਼ ਮਹਿਤਾ, ਇੱਕ ਨੀ ਵੈਲਫੇਅਰ ਸੁਸਾਇਟੀ ਦਾ ਇੱਕ ਛੋਟਾ ਜਿਹਾ ਮੈਂਬਰ ਹੋਣ ਦੇ ਨਾਤੇ ਔਰ ਸਾਰੇ ਮੈਂਬਰਾਂ ਵੱਲੋਂ ਬਹੁਤ ਬਹੁਤ ਅਮਨ ਸਿੰਘ ਸ਼ੈਰੀ ਕਲਸੀ ਜੀ ਦਾ ਧੰਨਵਾਦ ਕਰਦਾ, ਜਿਨ੍ਹਾਂ ਨੇ ਹਫ਼ਤਾ ਪਹਿਲਾਂ ਸਾਡੀ ਇੱਕ ਰਿਕੁਐਸਟ ਅਸੀਂ ਕੀਤੀ ਸੀ ਕਿ ਪੁਰਾਣੀ ਮਾਲ ਮੰਡੀ ਦੀ ਗਲੀ ਦਾ ਬਣਾਈ ਜਾਏ, ਅਤੇ ਜਿਹੜੀ ਕਿ ਹਫ਼ਤੇ ਬਾਅਦ ਹੀ ਉਹਨਾਂ ਨੇ ਆ ਕੇ ਅੱਜ ਇਨੋਗ੍ਰੇਸ਼ਨ ਕਰਤੀ ਆ। ਮੈਂ ਨੀ ਵੈਲਫੇਅਰ ਸੁਸਾਇਟੀ ਦੇ ਤਰਫੋਂ ਸਾਰਿਆਂ ਦਾ, ਸਾਰੇ MLA ਸਾਹਿਬ ਦਾ ਧੰਨਵਾਦ ਕਰਦੇ, ਰਜਿੰਦਰ ਫੁੰਡੀ ਤੋਂ ਸੁਖਜਿੰਦਰ ਅੰਕਲ ਜੀ ਦਾ, ਮੰਗੇ ਭਾਈ ਦਾ, ਸ਼ਾਮੇ ਭਾਈ ਦਾ, ਸਭ ਦਾ ਧੰਨਵਾਦ ਕਰਦਾ ਜੀ, ਬਹੁਤ ਬਹੁਤ ਧੰਨਵਾਦ।